ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਸਿੱਖਾਂ ਦੇ 10ਵੇਂ ਗੁਰੂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ 1668 ਈਸਵੀ ਚ ਬਿਹਾਰ ਦੇ ਪਟਨਾ ਸ਼ਹਿਰ ਚ ਹੋਇਆ। ਉਹਨਾਂ ਦੇ ਪਿਤਾ ਅਤੇ ਸਿੱਖਾਂ ਦੇ 9ਵੇਂ ਗੁਰੂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਉਸ ਸਮੇਂ ਭਾਰਤ ਦੇ ਪ੍ਰਚਾਰਕ ਦੌਰੇ ਤੇ ਸਨ। ਗੁਰੂ ਜੀ ਦੀ ਮਾਤਾ ਦਾ ਨਾਮ ਬੀਬੀ ਗੁਜਰੀ ਜੀ ਸੀ ਤੇ ਗੁਰੂ ਜੀ ਦੇ ਬਚਪਨ ਦਾ ਨਾਮ ਗੋਬਿੰਦ ਰਾਏ ਜੀ ਸੀ। ਗੁਰੂ ਜੀ ਨੇ ਆਪਣੇ ਬਚਪਨ ਦੇ ਪਹਿਲੇ 4 ਸਾਲ ਪਟਨਾ ਚ ਹੀ ਬਿਤਾਏ ਤੇ ਬਾਅਦ ਚ ਆਪਣੇ ਪਿਤਾ ਦੇ ਨਾਲ ਅਨੰਦਪੁਰ ਆ ਗਏ। ਮੁਨਸ਼ੀ ਸਾਹਿਬ ਚੰਦ ਸ਼੍ਰੀ ਅਨੰਦਪੁਰ ਸਾਹਿਬ ਦੇ ਗ੍ਰੰਥੀ ਸਨ। ਸਮਾਂ ਮਿਲਣ ਤੇ ਉਹ ਬੱਚਿਆਂ ਨੂੰ ਗੁਰੂ ਘਰ ਚ ਗੁਰਮੁਖੀ ਪੜ੍ਹਾਉਂਦੇ ਸਨ ਤੇ ਨਾਲ ਹੀ ਸੇਵਾ ਵੀ ਕਰਵਾਉਂਦੇ ਸਨ। ਸਾਹਿਬਜ਼ਾਦੇ ਗੋਬਿੰਦ ਰਾਏ ਨੇ ਪਟਨੇ ਤੋਂ ਅਨੰਦਪੁਰ ਪੁੱਜਣ ਉੱਤੇ ਮੁਨਸ਼ੀ ਸਾਹਿਬ ਚੰਦ ਪਾਸੋਂ ਗੁਰਮੁਖੀ ਪੜ੍ਹਨੀ ਸ਼ੁਰੂ ਕਰ ਦਿੱਤੀ। ਮੁਨਸ਼ੀ ਸਾਹਿਬ ਚੰਦ ਬੱਚਿਆਂ ਨੂੰ ਗੁਰਮੁਖੀ ਸਿਖਾਉਂਦੇ ਸਨ ਕਿਉਂਕਿ ਇਸ ਚ ਸਿੱਖਾਂ ਦੇ ਪਹਿਲੇ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਲਿਖੀ ਸੀ। ਗੁਰੂ ਜੀ ਨੂੰ ਫਾਰਸੀ ਪੜ੍ਹਾਉਣ ਲਈ ਮੁਨਸ਼ੀ ਪੀਰ ਮੁਹੰਮਦ ਕਾਜ਼ੀ ਨੂੰ ਲਗਾਇਆ ਗਿਆ। ਸੰਸਕ੍ਰਿਤ, ਹਿੰਦੀ ਅਤੇ ਬ੍ਰਿਜ ਭਾਸ਼ਾ ਗੁਰੂ ਜੀ ਨੇ ਪੰਡਿਤ ਕਿਰਪਾ ਰਾਮ ਦੱਤ ਪਾਸੋਂ ਪੜ੍ਹੀਆਂ। ਇਸੇ ਤਰ੍ਹਾਂ ਗੁਰੂ ਜੀ ਫਾਰਸੀ, ਹਿੰਦੀ ਅਤੇ ਸੰਸਕ੍ਰਿਤ ਜਿਹੀਆਂ ਕਈ ਭਾਸ਼ਾਵਾਂ ਪੜ੍ਹ ਕੇ ਚੋਟੀ ਦੇ ਵਿਦਵਾਨਾਂ ਵਿੱਚੋਂ ਇੱਕ ਹੋ ਗਏ। ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਆਜ਼ਾਦੀ ਦੀ ਰੱਖਿਆ ਵਾਸਤੇ ਦਿੱਲੀ ਚ ਸ਼ਹਾਦਤ ਦੇਣ ਤੋਂ ਪਹਿਲਾਂ ਗੁਰੂ ਗੋਬਿੰਦ ਰਾਏ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਨੂੰ ਦਸ਼ਮੇਸ਼ ਪਿਤਾ, ਸਾਹਿਬੇ ਕਮਾਲ, ਕਲਗੀਧਰ ਪਾਤਸ਼ਾਹ, ਸਰਬੰਸ ਧਾਮੀ ਵਰਗੇ ਨਾਮਾਂ ਤੋਂ ਵੀ ਜਾਣਿਆ ਜਾਂਦਾ ਹੈ। ਸਮੇਂ ਦੀ ਜ਼ਰੂਰਤ ਨੂੰ ਸਮਝਦੇ ਹੋਏ ਗੁਰੂ ਜੀ ਨੇ ਇੱਕ ਬਹਾਦਰ ਸੈਨਾ ਤਿਆਰ ਕੀਤੀ। ਇਸ ਸੈਨਾ ਦੀ ਸ਼ਕਤੀ ਅਤੇ ਗੁਰੂ ਜੀ ਦੇ ਜੋਸ਼ ਜਜ਼ਬਾਤ ਨੂੰ ਦੇਖਦੇ ਹੋਏ ਜਿੱਥੇ ਮੁਗਲ ਸੈਨਾ ਡਰਨ ਲੱਗ ਗਈ ਉੱਥੇ ਕਈ ਹਿੰਦੂ ਪਹਾੜੀ ਰਾਜੇ ਵੀ ਸਹਿਮ ਗਏ ਸਨ। ਦੋਨਾਂ ਦੀ ਸੈਨਾ ਮਿਲ ਕੇ ਗੁਰੂ ਜੀ ਅਤੇ ਫੌਜ ਦੇ ਖਿਲਾਫ ਸ਼ਰਿਅੰਤਰ ਰਚਣ ਲੱਗ ਗਏ। 1686 ਚ ਕਈ ਪਹਾੜੀ ਰਾਜਿਆਂ ਨੇ ਮੁਗਲਾਂ ਨਾਲ ਮਿਲ ਕੇ ਯੁੱਧ ਕੀਤਾ ਜਿਸ ਨੂੰ ਬੈਟਲ ਆਫ ਬੰਗਾਨੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਇਸ ਯੁੱਧ ਚ ਪਹਾੜੀ ਰਾਜਿਆਂ ਨੂੰ ਗੁਰੂ ਜੀ ਦੀ ਫੌਜ ਨੇ ਹਰਾ ਦਿੱਤਾ ਸੀ। ਗੁਰੂ ਜੀ ਦਾ ਰੁਤਬਾ ਕੁਝ ਇਸ ਤਰ੍ਹਾਂ ਦਾ ਸੀ, ਉਹਨਾਂ ਨੇ ਕੁੱਲ 14 ਯੁੱਧ ਬਿਨਾਂ ਕਿਸੇ ਡਰ ਤੋਂ ਲੜੇ ਸਨ। ਨਾ ਹੀ ਕਦੇ ਕਿਸੇ ਸਿਪਾਹੀ ਨੂੰ ਬੰਦੀ ਬਣਾਇਆ ਸੀ ਤੇ ਨਾ ਹੀ ਕਦੇ ਧਰਮ ਪਰਿਵਰਤਨ ਚ ਭੇਦਭਾਵ ਜਤਾਇਆ ਸੀ। ਯੁੱਧ ਖਤਮ ਹੋਣ ਦੇ ਬਾਅਦ ਗੁਰੂ ਜੀ ਆਪ ਆਪਣੀ ਫੌਜ ਨੂੰ ਦਵਾਈਆਂ ਦੇ ਕੇ ਉਹਨਾਂ ਦੀ ਪੱਟੀ ਕਰਦੇ ਸਨ। ਗੁਰੂ ਜੀ ਦੇ ਨੇਕ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਨਾਲ ਕਈ ਮੁਸਲਿਮ ਵੀ ਸੈਨਾ ਚ ਸ਼ਾਮਲ ਹੋ ਗਏ। 1699 ਦੀ ਵਿਸਾਖੀ ਤੇ ਗੁਰੂ ਜੀ ਨੇ ਸਾਰੀ ਸਿੱਖ ਸੰਗਤ ਨੂੰ ਪੰਜਾਬ ਸਥਿਤ ਅਨੰਦਪੁਰ ਸਾਹਿਬ ਚ ਇਕੱਠੇ ਹੋਣ ਲਈ ਕਿਹਾ ਜਿੱਥੇ ਹਜ਼ਾਰਾਂ ਦੀ ਗਿਣਤੀ ਚ ਲੋਕ ਸ਼ਾਮਲ ਹੋਏ। ਗੁਰੂ ਜੀ ਨੇ ਆਪਣੀ ਕਿਰਪਾਨ ਕੱਢ ਕੇ ਕਿਹਾ ਕਿ ਉਹ ਸਿੱਖ ਸਾਹਮਣੇ ਆਵੇ ਜੋ ਇਸ ਸਮੇਂ ਆਪਣਾ ਸੀਸ ਅਰਪਣ ਕਰਨ ਲਈ ਤਿਆਰ ਹੈ। ਤਾਂ ਉਸ ਸਮੇਂ ਭਾਰੀ ਸੰਗਤ ਵਿੱਚੋਂ ਲਾਹੌਰ ਦੇ ਭਾਈ ਦਯਾ ਰਾਮ ਜੀ, ਹਸਤਿਨਾਪੁਰ ਦੇ ਭਾਈ ਧਰਮਦਾਸ ਜੀ, ਜਗਨਨਾਥਪੁਰ ਦੇ ਭਾਈ ਹਿੰਮਤ ਰਾਏ ਜੀ, ਦਵਾਰਕਾ ਤੋਂ ਭਾਈ ਮੋਖਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਗੁਰੂ ਜੀ ਨੂੰ ਸੀਸ ਅਰਪਣ ਕਰਨ ਲਈ ਅੱਗੇ ਆਏ। ਉਸ ਸਮੇਂ ਗੁਰੂ ਜੀ ਨੇ ਇਹਨਾਂ ਦੀ ਬਹਾਦਰੀ ਅਤੇ ਸਹਿਣ ਸ਼ਕਤੀ ਨੂੰ ਦੇਖਦੇ ਹੋਏ ਇਹਨਾਂ ਮਹਾਨ ਯੋਧਿਆਂ ਨੂੰ ਅੰਮ੍ਰਿਤ ਛਕਾ ਕੇ 5 ਪਿਆਰੇ ਕਰਾਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਦੇ ਮੁੱਢਲੇ ਜੀਵਨ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਗੁਰੂ ਜੀ ਨੇ ਨਾ ਕੇਵਲ ਆਪ ਬਲਕਿ ਆਪਣੇ ਸਿੱਖਾਂ ਚ ਵੀ ਸਰਬਪੱਖੀ ਗਿਆਨ ਹਾਸਲ ਕਰਨ ਤੇ ਜ਼ੋਰ ਦਿੱਤਾ ਤਾਂ ਕਿ ਗੁਰੂ ਦੇ ਸਿੱਖ ਸਮਾਜ ਦੇ ਹਰ ਖੇਤਰ ਚ ਕਿਸੇ ਤੋਂ ਪਿੱਛੇ ਨਾ ਰਹਿਣ। ਗੁਰਮੁਖੀ ਉੱਤੇ ਸਭ ਤੋਂ ਜ਼ਿਆਦਾ ਧਿਆਨ ਦਿੱਤਾ ਗਿਆ ਤਾਂ ਕਿ ਹਰ ਸਿੱਖ ਗੁਰਮੁਖੀ ਪੜ੍ਹ ਸਕੇ ਤੇ ਸਮਝ ਸਕੇ। ਇਸੇ ਤਰ੍ਹਾਂ ਦੀਆਂ ਧਾਰਮਿਕ ਵੀਡੀਓਜ਼ ਨੂੰ ਦੇਖਣ ਲਈ ਜੁੜੇ ਰਹੋ ਦਾ ਟੀਵੀ ਐਨਆਰਆਈ ਦੇ ਨਾਲ।